ਸਵੇਰਕਾ ਪਲਾਂਟ ਲਈ ਆਪ ਵੱਲੋਂ ਸਹਿਰਾ ਲੈਣ ਲਈ ਕੀਤੇ ਦਾਅਵੇ ਦੀ ਕੈਪਟਨ ਅਮਰਿੰਦਰ ਸਿੰਘ ਨੇ ਨਿਖੇਧੀ ਕੀਤੀ ਹੈ। ਉਹਨਾਂ ਕਿਹਾ 2019 ਦੇ ਵਿੱਚ ਉਹਨਾਂ ਦੀ ਸਰਕਾਰ ਦੌਰਾਨ ਇਹ ਪ੍ਰੋਜੈਕਟ ਲਿਖਿਆ ਗਿਆ ਸੀ। ਪਲਾਂਟ ਨੇ 2020 ਤੋਂ ਕੰਮ ਕਰਨਾ ਸ਼ੁਰੂ ਕਰਨਾ ਸੀ ਪਰ ਕੋਵਿਡ ਮਹਾਮਾਰੀ ਦੇ ਕਾਰਨ ਇਸ ਦੇ ਕੰਮਕਾਜ ਦੇ ਵਿੱਚ ਦੇਰੀ ਹੋ ਗਈ। ਕੈਪਟਨ ਨੇ 6 ਦਸੰਬਰ 2019 ਦੇ ਟਵੀਟ ਦਾ ਇੱਕ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ। दो आम आदमी पार्टी ते निशाने साधे गए ने कि जेड़े प्रोजेक्ट दा लाहा आम आदमी पार्टी अपने सिर लै रही है। असल दे विच ओ प्रोजेक्ट कैप्टन अमरिंदर सिंह दी सरकार वेले यानी कांग्रेस दे वेले उन्हां दे वल्लों प्रोजेक्ट दी शुरुआत करन दी गल आई।